ਅੱਜ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਖਬਰਾਂ ਦੁਪਹਿਰ ਦੀਆਂ ਨੇ ਇੰਡੀਆ ਤੋਂ ਆਉਣ ਵਾਲੀਆਂ ਜਿਹੜੀਆਂ ਫਲਾਈਟਾਂ ਨੇ ਉਹਨਾਂ ਦੀ ਹੁਣ ਚੈਕਿੰਗ ਬਹੁਤ ਹੋ ਰਹੀ ਹੈ ਇੰਡੀਆ ਤੋਂ ਜਿਹੜੀ ਕੱਲ ਫਲਾਈਟ ਆਈ ਹੈ ਜੀ ਉਹਨਾਂ ਦੇ ਜਿੰਨੇ ਵੀ 200 ਉਹਦੇ ਵਿੱਚ 213 ਬੰਦਾ ਹੀ ਸਾਰਿਆਂ ਨੂੰ ਇਟਲੀ ਦੇ ਹਸਪਤਾਲਾਂ ਜਾਂ ਫਿਰ ਹੋਟਲਾਂ ਦੇ ਵਿੱਚ ਰੱਖ ਲਿਆ ਗਿਆ ਤੇ ਕੁਝ ਬੰਦਿਆਂ ਨੂੰ ਕੋਵਿਡ ਦੇ ਹੋਟਲਾਂ ਦੇ ਵਿੱਚ ਕੋਵਿਡ ਹੋਟਲਾਂ ਤੇ ਕੁਝ ਸਪਾਲਾਂ ਇਨਸਾਨੀ ਜਿਹੜਾ ਹਸਪਤਾਲਾਂ ਰੂਮਾਂ ਦਾ ਬਹੁਤ ਇਕਰਾਉ ਦੇ ਵਿੱਚ ਰੱਖਿਆ ਗਿਆ ਆਪਣੀ ਹੈਰੀ ਵੀਰ ਜੀ ਨਾਲ ਗੱਲ ਹੋਈ ਸੀ ਹੈਰੀ ਸ਼ੀਮਾ ਨਾਲ ਵੀਰ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਪੂਰੀ ਸਿਚੁਏਸ਼ਨ ਸੰਦਸੀਏ ਜੋ ਕਿ ਅਸੀਂ ਅੱਜ ਦੀਆਂ ਖਬਰਾਂ ਦੇ ਵਿੱਚ ਦੇਖਾਂਗੇ ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਜਿਸ ਟਾਈਮ ਇੰਡੀਆ ਤੋਂ ਆਓ ਖਾਣ ਪੀਣ ਜਾਂ ਫਿਰ ਬੋਰਸ ਵਗੈਰਾ ਇਦਾਂ ਦੀਆਂ ਚੀਜ਼ਾਂ ਜ਼ਰੂਰ ਲੈ ਕੇ ਆਓ ਜਿਹੜੇ ਤੁਹਾਡੇ ਡਰਾਈਵਰ ਆ ਉਹਨਾਂ ਨੂੰ ਕਹੋ ਕਿ ਤੁਹਾਨੂੰ ਕੋਈ ਵੀ ਲੈਣ ਨਾ ਆਵੇ ਕਿਉਂ ਕਿਉਂ ਤੁਸੀਂ ਉਸ ਖਬਰ ਨੂੰ ਪੂਰਾ ਸੁਣਿਓ ਜੀ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਹੈ ਜਿਹੜੀ 213 ਫਲਾਈਟ 213 ਬੰਦੇ ਸੀ ਫਲਾਈਟ ਦੇ ਵਿੱਚ 100 ਦਾ ਕਰੂ ਮੈਂਬਰ ਸੀਗੇ 223 ਟੋਟਲ ਸੀਗੇ ਇਹ 213 ਦੇ ਵਿੱਚੋਂ 23 ਬੰਦੇ ਕੋਵਿਡ ਪੋਜ਼ੀਟਿਵ ਪਾਏ ਗਏ ਇਹਨਾਂ ਦੇ ਜਿੰਨੇ ਵੀ ਸਮਾਨ ਸੀ ਇਹਨਾਂ ਦਾ ਜਿੰਨਾ ਸਾਰਿਆਂ ਦਾ ਸਮਾਨ ਸਾਰਿਆਂ ਦਾ ਸਾਰਿਆਂ ਦਾ ਸਮਾਨ ਨੂੰ ਸੈਨੀਟਾਈਜ਼ ਕੀਤਾ ਗਿਆ ਸਾਰਾ ਸਮਾਨ ਇਹਨਾਂ ਨੇ ਠੀਕ ਕਰਕੇ ਰੱਖਤਾ ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਇੰਡੀਆ ਦੇ ਵਿੱਚ ਸਾਰੀ ਇਟਲੀ ਦੀਆਂ ਖਬਰਾਂ ਦੇ ਵਿੱਚ ਅੱਜਕੱਲ ਜੇ ਗੱਲ ਚੱਲ ਰਹੀ ਹੈ ਤੇ ਸਿਰਫ ਇੰਡੀਆ ਦੀ ਹੀ ਚੱਲ ਰਹੀ ਹੈ ਇੰਡੀਆ ਦੇ ਵਿੱਚ ਹਾਲ ਇੰਨਾ ਬੁਰਾ ਹੋ ਗਿਆ ਕਿ ਆਕਸੀਜਨ ਜਿਹੜੀ ਨਹੀਂ ਮਿਲ ਰਹੀ ਤੇ ਆਕਸੀਜਨ ਨਾ ਮਿਲਣ ਦੇ ਕਾਰਨ ਲੋਕਾਂ ਦਾ ਜਿਹੜੀ ਮੌਤ ਆ ਦਮ ਘੁੱਟਣ ਦੇ ਨਾਲ ਹੋ ਰਹੀ ਹੈ ਤੇ ਇੰਡੀਆ ਦੇ ਵਿੱਚ ਹਰ ਕੋਈ ਜਿਹੜਾ ਬਾਹਰਲੀ ਕੰਟਰੀ ਦਾ ਗੈਰ-ਮੂਲਕੀ ਹੈ ਇਸ ਟਾਈਮ ਉੱਥੋਂ ਆਪਣੇ ਆਪਣੇ ਮੂਲਕਾਂ ਨੂੰ ਵਾਪਸ ਭਾਰਤ ਰਿਹਾ ਕਿਉਂ ਭਾਰਤ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਲਗਾਤਾਰ ਜਿਹੜੇ ਹਸਪਤਾਲਾਂ ਦੇ ਵਿੱਚ ਜਾਂ ਫਿਰ ਜਿਹੜੀ ਗਿਣਤੀ ਘਟਦੀ ਜਾ ਰਹੀ ਆ ਬੈੱਡਾਂ ਦੀ ਤੇ ਜਿਹੜਾ ਅਸਿਸਟੈਂਸ ਆ ਜਿਹੜਾ ਉੱਥੇ ਦੀ ਹੈਲਥ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਘਟ ਇਸ ਟਾਈਮ ਕੰਮ ਕਰ ਰਹੀ ਹੈ ਕਿਉਂਕਿ ਇੰਨਾ ਜ਼ਿਆਦਾ ਰਸ਼ ਹੋਣ ਕਾਰਨ ਸਾਰਿਆਂ ਨੂੰ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੋ ਰਹੀ ਅਮਰੀਕਾ ਦਾ ਇੱਕ ਬਿਆਨ ਆ ਜੀ ਕਿ ਜਿਨਨੇ ਵੀ ਇੰਡੀਆ ਦੇ ਵਿੱਚ ਅਮਰੀਕਨ ਨੇ ਉਹ ਸਾਰੇ ਸਾਰੇ ਇੰਡੀਆ ਨੂੰ ਛੱਡ ਕੇ ਆਪਣੇ ਅਮਰੀਕਾ ਦੇ ਵਿੱਚ ਵਾਪਸ ਆਣ ਕਿਉਂਕਿ ਇੰਡੀਆ ਦੇ ਵਿੱਚ ਹਾਲ ਆ ਜਿਹੜਾ ਬਹੁਤ ਹੀ ਜ਼ਿਆਦਾ ਮਾੜਾ ਹੋ ਰਿਹਾ ਜੀ ਤੇ ਇੰਡੀਆ ਦੇ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ ਵਧਣ ਦੇ ਨਾਲ ਜੇ ਅਸੀਂ ਦੇਖੀਏ ਤਾਂ ਅੱਜ ਫੇ ਜਿਹੜਾ ਲਾਸਟਲੇ 24 ਘੰਟਿਆਂ ਦੇ ਵਿੱਚ ਆ ਸਾਹਮਣੇ ਆ ਜੀ 380000 ਨਵੇਂ ਕੇਸ ਸਾਹਮਣੇ ਆ ਲਾਸਟਲੇ 24 ਘੰਟਿਆਂ ਦੇ ਵਿੱਚ ਜੋ ਕਿ ਬਹੁਤ ਜ਼ਿਆਦਾ ਹੈ ਤੇ ਮਰਨ ਵਾਲੇ ਦੀ ਵੀ ਜਿਹੜੀ ਗਿਣਤੀ ਹੈ ਜੀ 3600 3600 ਬੰਦਿਆਂ ਦੀ ਮੌਤ ਹੋਈ ਹੈ ਤੇ ਇਹ ਇਹ ਜਿਹੜੀ ਗਿਣਤੀ ਆ ਥੋੜੀ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਜੀ ਉਧਰ ਹੀ ਇੰਡੀਆ ਦੇ ਵਿੱਚ ਦੰਮ ਘੁੱਟਣ ਦੇ ਨਾਲ ਬਹੁਤ ਸਾਰੇ ਬੰਦਿਆਂ ਦੀ ਕਿ ਆਕਸੀਜਨ ਨਹੀਂ ਹੈਗੀ ਜਿਹਦੇ ਨਾਲ ਬਦੰਮ ਘੁੱਟਣ ਦੇ ਨਾਲ ਬੰਦਿਆਂ ਦੀ ਬਹੁਤ ਮੌਤ ਹੋ ਰਹੀ ਹੈ ਜੀ ਆਪਣੇ ਵੀਰ ਜੀ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਜਿਹੜੀ ਫਾਈਜ਼ਰ ਕੰਪਨੀ ਦਾ ਇੱਕ ਨਵਾਂ ਬਿਆਨ ਆਇਆ ਉਹ ਕਹਿ ਰਹੇ ਨੇ ਜੀ ਇਹਨਾਂ ਦੀ ਜਿਹੜੀ ਵੈਕਸੀਨ ਜੇਕਰ ਤੁਸੀਂ ਚਾਹਦੇ ਕਿ 100% ਕੰਮ ਕਰੇ ਤਾਂ ਤੁਹਾਨੂੰ 2 ਨਹੀਂ 3 ਡੋਜ਼ਾਂ ਲਵਾਉਣੀਆਂ ਪੈਣੀਆਂ ਤਾਂ ਹੀ ਇਹ 100% ਕੰਮ ਕਰੂਗੀ ਨਹੀਂ ਤਾਂ ਦੂਸਰੀ ਡੋਜ਼ ਤੋਂ ਬਾਅਦ ਇਹਦਾ ਜਿਹੜਾ ਥੋੜਾ ਜਿਹਾ ਘਟ ਕੱਟ ਜਾਂਦਾ ਉਧਰ ਦੀ ਸਰਦੇਨੀਆ ਸਰਦੇਨੀਆ ਵੀ ਸੋਚ ਰਹੀ ਹੈ ਕਿ ਅੱਜ ਸ਼ਾਮ ਨੂੰ ਇਹ ਸੰਤਰੀ ਜ਼ੋਨ ਦੇ ਵਿੱਚ ਚੱਲ ਜਾਏ ਪਰ ਜਿਹੜਾ ਫੈਸਲਾ ਅੱਜ ਸ਼ਾਮ ਨੂੰ ਹੀ ਹੋਣਾ ਹੈ ਜੀ ਤੇ ਫਾਈਜ਼ਰ ਜਿਹੜੀ ਕੰਪਨੀ ਹੈ ਯੂਰਪ ਦੇ ਵਿੱਚ 12 ਤੋਂ 15 ਸਾਲ ਦੀ ਉਮਰ ਆ ਜਿਹਨਾਂ ਦੀ ਬੱਚਿਆਂ ਦੀ ਉਹਨਾਂ ਦੇ ਵੀ ਲੱਗਣੀ ਸ਼ੁਰੂ ਹੋ ਜਾਣੀ ਹੈ ਜੂਨ ਦੇ ਵਿੱਚ ਜੀ ਤੇ ਬ੍ਰਾਜ਼ੀਲ ਤੋਂ ਇੱਕ ਬਹੁਤ ਤਗੜਾ ਅਪਡੇਟ ਆ ਰਿਹਾ ਜੀ ਅਪਡੇਟ ਕੀ ਹੈ ਅਪਡੇਟ ਹੈ ਜੀ ਕਿ ਬ੍ਰਾਜ਼ਿਲ ਦੇ ਵਿੱਚ ਦੱਸਿਆ ਜਾਂ ਬ੍ਰਾਜ਼ਿਲ ਦੇ ਜਿਹੜੇ ਡਾਕਟਰ ਐਕਸਪਰਟ ਆ ਉਹਨਾਂ ਨੇ ਦੱਸਿਆ ਕਿ ਸਪੁਤਨਿਕ 5 ਜਿਹੜੀ ਰਸ਼ੀਅਨ ਵੈਕਸੀਨ ਆ ਇਹਦੇ ਵਿੱਚ ਇੱਕ ਵਾਇਰਸ ਆ ਇੱਕ ਐਸਾ ਵਾਇਰਸ ਆ ਜੋ ਆਪਣੇ ਆਪ ਨੂੰ ਆਪਣੀ ਜਿਹੜੀ ਗਿਣਤੀ ਆ ਉਹ ਵਧਾ ਰਿਹਾ ਜੋ ਕਿ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਇਸੇ ਕਰਕੇ ਜਿਹੜਾ ਨੇ ਜਿਹੜੀ ਵੈਕਸੀਨ ਆ ਹੁਣ ਆਪਣੀ ਰਸ਼ੀਆ ਦੀ ਜੋ ਵੈਕਸੀਨ ਸਪੁਤਨਿਕ 5 ਜਿਹੜੀ ਵੈਕਸੀਨ ਆ ਰਹੀ ਹੈ ਉਹਨੇ ਦੱਸਿਆ ਕਿ ਉਹ ਹੁਣ ਨਹੀਂ ਲਾਣੀ ਤੇ ਇਹਦੇ ਨਾਲ ਤੇ ਡਾਇਰੈਕਟਲੀ ਨਹੀਂ ਦੱਸਿਆ ਪਰ ਇਹਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਜਿਹੜਾ ਵਾਇਰਸ ਆ ਇਹਦੇ ਨਾਲ ਬਹੁਤ ਤਰ੍ਹਾਂ ਦੀਆਂ ਗੁਰਦਿਆਂ ਦੇ ਵਿੱਚ ਪ੍ਰੋਬਲਮ ਆ ਸਕਦੀਆਂ ਆਪਣਾ ਜਿਹੜਾ ਫੈਗ ਤੋਂ ਆਪਣਾ ਜਿਹੜਾ ਲੀਵਰ ਹੁੰਦਾ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹਰ ਪਾਸੇ ਪ੍ਰੋਬਲਮ ਪੈ ਸਕਦੀ ਆ ਬਹੁਤ ਹੀ ਜ਼ਿਆਦਾ ਪ੍ਰੋਬਲਮ ਕਰ ਸਕਦਾ ਇਹ ਵਾਇਰਸ ਤੇ ਫਿਲਹਾਲ ਪੂਰੀ ਡਿਟੇਲ ਨਹੀਂ ਆਈ ਇਹਦੇ ਬਾਰੇ ਛਾਂਬ ਦੀਆਂ ਖਬਰਾਂ ਦੇ ਵਿੱਚ ਇਹਦੀ ਜਿਹੜੀ ਡਿਟੇਲ ਹੈ ਇਹਦੇ ਬਾਰੇ ਅਸੀਂ ਜ਼ਰੂਰ ਦੱਸਾਂਗੇ ਪਰ ਇਹੀ ਦੱਸਿਆ ਬਰਾਜ਼ਿਲ ਨੇ ਕਿ ਰਸ਼ੀਆ ਦੀ ਜਿਹੜੀ ਵੈਕਸੀਨ ਹੈ ਇਹਦੇ ਵਿੱਚ ਇੱਕ ਵਾਇਰਸ ਆ ਜੋ ਕਿ ਖਤਰਨਾਕ ਹੋ ਸਕਦਾ ਸਾਰੀ ਦੁਨੀਆ ਦੇ ਲਈ ਹੁਣ ਗੱਲ ਕਰਦੇ ਆ ਜੀ ਆਪਣੇ ਹੈਰੀ ਵਿਟਨਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਭਾਜੀ ਕੁਲਵੀਰ ਬੋ ਰਿਹਾ ਜੀ ਆਪਾਂ ਇਹਦਾ ਪੰਜਾਬੀ ਚੈਨਲ ਤੋਂ ਤੇ ਤੁਹਾਡੇ ਤੋਂ ਇਨਫੋਰਮੇਸ਼ਨ ਲੈਣੀ ਸੀ ਤੁਸੀਂ ਇੰਡੀਆ ਤੋਂ ਆਏ ਆ ਫਲਾਈਟ ਦੇ ਵਿੱਚ ਤੇ ਉਹਦੇ ਬਰਤ ਹੱਥੋਂ ਥੋੜੀ ਜਿਹੀ ਇਨਫੋਰਮੇਸ਼ਨ ਲੈਣੀ ਸੀ ਕਿ ਕਿਸ ਹਿਸਾਬ ਦੇ ਨਾਲ ਇੱਥੇ ਕੁਆਰੰਟਾਈਨ ਤੇ ਕੀ ਕੀ ਸਿਚੁਏਸ਼ਨ ਆ ਇੱਥੇ ਦੀ ਹੁਣ ਇਸ ਟਾਈਮ ਤੇ ਕਿੰਨੇ ਟਾਈਮ ਲਈ ਤੁਹਾਨੂੰ ਕੀਤਾ ਗਿਆ ਕੁਆਰੰਟਾਈਨ ਜੀ ਜਿੱਦਾਂ ਅਸੀਂ ਕੱਲ ਸੀਗੀ ਸਾਡੀ ਫਲਾਈਟ ਤੇ ਸਾਨੂੰ ਜਿੱਦਾਂ ਉਪਰ ਅੰਮ੍ਰਿਤਸਰ ਤੋਂ ਵੀ ਮਤਲਬ ਟੈਸਟ ਕਰਵਾ ਕੇ ਆਏ ਸੀਗੇ ਅਸੀਂ ਤੇ ਇੱਥੇ ਆਉਂਦਿਆਂ ਨੂੰ ਵੀ ਆਪਣਾ ਇਹ ਟੈਸਟ ਕੀਤਾ ਕੋਵਿਡ ਟੈਸਟ ਠੀਕ ਆ ਜੀ ਤੇ ਕਾਫੀ ਜਿੰਨੀ ਟਾਈਮ ਲਾਤਾ ਉਹ ਨਹੀਂ ਕਾਫੀ ਖਰਚਾ ਹੋ ਗਿਆ ਤੇ ਹੁਣ ਸਾਨੂੰ ਹਸਪੀਟਲ ਐ ਹਸਪੀਟਲ ਤਾਂ ਨਹੀਂ ਮਤਲਬ ਰਏ ਹੋਟਲ ਵਿੱਚ ਰੱਖਿਆ ਹੁਣ ਹੋਟਲ ਦੇ ਵਿੱਚ ਰੱਖਿਆ ਠੀਕ ਆ ਜੀ ਹੋਟਲ ਦੇ ਵਿੱਚ ਰੱਖਿਆ ਹਾਂ ਜੀ ਸਾਹਤ ਦੇਣ ਦਾ ਕਹਿੰਦੇ ਆ ਹਾਲੁਰਖਣਾ ਤੇ 10 ਦਿਨ ਦੇ ਕਵਾਰਨਟਾਈਨ ਤਕਰੀਬਨ ਭਾਜੀ 213 ਬੰਦੇ ਸੀ ਟੋਟਲ ਜਿਹੜਾ ਦੱਸਿਆ ਜਾ ਰਿਹਾ ਕਿ 213 ਦੇ ਵਿੱਚੋਂ 10 ਬੰਦੇ ਨਹੀਂ ਕਿਹਾ ਕਿ ਪੋਜ਼ਿਟਿਵ ਆ ਗਏ ਸ਼ਾਇਦ ਜਿਨ੍ਹਾਂ ਨੂੰ ਖੰਗ 23 ਬੰਦੇ ਦੱਸਿਆ ਗਿਆ ਇਹਨਾਂ ਨੇ ਪੋਜ਼ਿਟਿਵ ਆਏ ਹਾਂ ਜੀ ਮੈਂ ਉਹ ਜਿੱਦਾਂ ਦਾ ਭਾਈ ਜਿੱਦਾਂ ਪਤਾ ਲੱਗਾ ਜੀ ਤਾਂ ਨਾਲ ਸਾਡੇ ਹੋਰ ਰਿਲੇਟਡ ਫੈਮਿਲੀ ਸੀਗੇ ਉਹਨਾਂ ਦੇ ਜਿੱਦਾਂ ਸਿਆਣੇ ਸੀਗੇ ਹਨਾ ਉਹ ਜਿਹੜੇ ਥੋੜੇ ਸਿਆਣੇ ਬੰਦੇ ਆ ਉਹਨਾਂ ਨੂੰ ਕੋਵਿਡ ਹਸਪੀਟਲ ਦੇ ਵਿੱਚ ਨਹੀਂ ਰੱਖਿਆ ਵੀ ਇਹਨਾਂ ਨੂੰ ਸ਼ਾਇਦ ਕੋਈ ਪ੍ਰੋਬਲਮ ਆ ਸਕਦੀ ਆ ਉਹਨਾਂ ਨੂੰ ਹੋਟਲ ਵਿੱਚ ਨਹੀਂ ਰੱਖਿਆ ਗਿਆ ਵੀ ਹੁਣ ਪਤਾ ਲੱਗਾ ਸਾਨੂੰ ਠੀਕ ਆ ਜੀ ਠੀਕ ਆ ਕਿਉਂਕਿ ਅਖਬਾਰ ਅਖਬਾਰ ਦੇ ਵਿੱਚ ਭਾਈ ਦੱਸਿਆ ਕਿ 50 ਬੰਦਿਆਂ ਨੂੰ ਹੋਟਲ ਦੇ ਵਿੱਚ ਰੱਖਿਆ ਤੇ ਬਾਕੀ ਜਿਹੜੇ ਆ ਉਹ ਆਪਣਾ ਜਿਹੜਾ ਹਸਪੀਟਲ ਆ ਰੋਮਾਂ ਦਾ ਸਪਾਲਨ ਸਾਨੀ ਕਹਿੰਦੇ ਉਹਦੇ ਵਿੱਚ 10 ਦਿਨ ਦੇ ਲਈ ਰੱਖਣਾ ਹਾਂਜੀ ਦਿੰਦਾ ਜ਼ਿੰਮੇਂ ਹਾਂਜੀ ਰੱਖਿਆ ਤੇ ਨਹੀਂ ਵਾਰ ਇੱਥੇ ਜ਼ਿਆਦਾ ਹੀ ਆ ਬੰਦੇ ਤਾਂ ਪਿਆ ਨਹੀਂ ਹੈਗੇ ਜ਼ਿਆਦਾ ਹੀ ਹੈ ਇੱਥੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਖਾਣ ਪੀਣ ਦਾ ਭਾਜੀ ਇੱਥੇ ਕਿਦਾਂ ਸਿਸਟਮ ਆ ਕਿ ਤੁਹਾਨੂੰ ਸਭ ਕੁਝ ਮਿਲ ਰਿਹਾ ਪ੍ਰੋਵਾਈਡ ਕੀਤਾ ਉਹਨਾਂ ਨੇ ਕਿ ਕਿ ਕਿਦਾਂ ਖਾਣ ਪੀਣ ਦਾ ਭਾਜੀ ਨਹੀਂ ਹਲੇ ਇਹਨਾਂ ਦੀ ਕੋਈ ਤਿਆਰੀ ਨਹੀਂ ਸੀਗੀ ਅੱਛਾ ਜੀ ਅਸੀਂ ਆਈਆਂ ਸਾਨੂੰ ਏ 9 ਵਜੇ ਫਲਾਈਟ ਲੱਗੀ ਆ ਤੇ ਅਸੀਂ ਘੱਟੋ ਘੱਟ 10:30 ਵਜੇ ਜਹਾਜ਼ ਦੇ ਵਿੱਚੋਂ ਉਤਰੇ ਆਂ ਕਹਿੰਦਾ ਜਹਾਜ਼ ਦੇ ਵਿੱਚ ਹੀ ਰੱਖਿਆ ਤੇ ਉਹੀ ਜੋ ਜਹਾਜ਼ ਵਿੱਚ ਥੋੜਾ ਖਾਦਾ ਸੀਗਾ ਉਹੀ ਸੀਗਾ ਤੇ ਬਾਅਦ ਵਿੱਚ ਜੋ ਉਹਨਾਂ ਦੀ ਟੈਸਟ ਵਗੈਰਾ ਕੀਤੀ ਤੇ ਬੈਗ ਵੀ ਬਾਹਰ ਹੀ ਰੱਖੇ ਹੋ ਸੀਗੇ ਕੋਈ ਅੰਦਰੋਂ ਨਹੀਂ ਲਏ ਹੈਗੇ ਬਾਹਰ ਹੀ ਪਧਰੇ ਰੱਖੇ ਸੀਗੇ ਉੱਥੇ ਚੱਕੇ ਆਪਣੇ ਆਪਣੇ ਪਛਾਣ ਕੇ ਠੀਕ ਆ ਜੀ ਕਿਉਂ ਠੀਕ ਆ ਪਰ ਇੱਥੇ ਦਾ ਦੱਸ ਰਿਹਾ ਕਿ ਸਾਰਿਆਂ ਦੇ ਜਿੰਨੇ ਵੀ ਬੈਗ ਆ ਸਾਰਿਆਂ ਨੂੰ ਕਹਿੰਦੇ ਸੈਨੀਟਾਈਜ਼ ਕੀਤਾ ਬਹੁਤ ਰੰਗ-ਇਤਰਾ ਸਪਰੇਆ ਮਾਰੀਆਂ ਕਿ ਅਖਬਾਰਾਂ ਦੇ ਦੰਦਸੇ ਜਿਹਨਾਂ ਨੇ ਜਿੱਤਾ ਜਿੱਦਾਂ ਨਾ ਸਾਰਿਆਂ ਦੇ ਨਾ ਜਿੱਦਾਂ ਮਤਲਬ ਰਾਇਕ ਤੇ ਨਹੀਂ ਆਏ ਹੈ ਕਿ ਇੱਕ ਥਾਂ ਤੇ ਪੱਧਰੇ ਹੀ ਜਾਣੀ ਜਿੱਤੇ ਮਤਲਬ ਓਪਨ ਦੇ ਵਿੱਚ ਰੱਖ ਕੇ ਸਾਰੇ ਉੱਥੇ ਜਾਨਕਿ ਕਹਿੰਦੇ ਆਪਣੇ ਇਸਲੇ ਦਾ ਜੁਰ ਨਹੀਂ ਕਰ ਦਿੱਤੇ ਸੀਗੇ ਪਛਾਣ ਕੇ ਕਰ ਲੋ ਆਪਣਾ ਆਪਣੀ ਜੀ ਹੈਗੀ ਆ ਠੀਕ ਆ ਬਸ ਤੇ ਇੰਡੀਆ ਤੋਂ ਬਾਜੀ ਜਿਹੜਾ ਆਪਣਾ ਟੈਸਟ ਆ 에ਅਰਪੋਰਟ ਤੇ ਹੁੰਦਾ ਜਾਂ ਆਪਣੇ ਹਸਪੀਟਲ ਤੋਂ ਟੈਸਟ ਕਰਵਾ ਕੇ ਆਨੇ ਜੀ ਇਹ ਵੱਡੇ ਹਸਪਤਾਲ ਤੋਂ ਹੁੰਦਾ ਉੱਥੇ 에어ਪੋਰਟ ਤੇ ਨਹੀਂ ਕੋਈ ਟੈਸਟ ਕਰਦੇ ਹੈਗੇ ਬਿਨਾ ਟੈਸਟ ਤੋਂ ਐਂਟਰੀ ਨਹੀਂ ਕਰਦੇ ਹੈਗੇ ਐਂਟਰੀ ਤੋਂ ਪਹਿਲਾਂ ਹੀ ਉਹ ਟੈਸਟ ਦੇਖਦੇ ਹੈਗੇ 네ਗੇਟਿਵ ਆਪਣਾ ਠੀਕ ਹੈ ਜੀ ਕਹਿਣ ਦਾ ਮਤਲਬ ਇੰਡੀਆ ਤੋਂ ਹਸਪਤਾਲ ਦਾ ਟੈਸਟ ਆਪਾਂ ਕਰਵਾ ਕੇ ਆਣਾ ਜੇ 네ਗੇਟਿਵ ਆ ਤਾਂ ਹੀ 에어ਪੋਰਟ ਦੇ ਵਿੱਚ ਐਂਟਰੀ ਦੇਣੀ ਹੈ ਨਹੀਂ ਤਾਂ ਨਹੀਂ ਐਂਟਰੀ ਦੇਣੀ ਹਾਂਜੀ ਬਿਲਕੁਲ ਹਾਂਜੀ ਫਿਰ ਐਂਟਰੀ ਦੇਣੀ ਹੈ ਨਾਲ ਉਹ ਵੀ ਮੈਸੇਜ ਆਪਣਾ ਜ਼ਰੂਰ ਚੜਿਆ ਹੋਣਾ ਚਾਹੀਦਾ ਆਪਣੇ ਫੋਨ ਦੇ ਵਿੱਚ ਆਇਆ ਹੋਣਾ ਚਾਹੀਦਾ ਠੀਕ ਹੈ ਜੀ ਤੇ ਬਾਕੀ ਕੋਈ ਆਰ ਕੋਡ ਹੋਵੇ ਤਾਂ ਉਹ ਜਿਆਦਾ ਬੈਟਰੀ ਆ ਯਾਨੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਠੀਕ ਹੈ ਤੇ ਹੁਣ ਤੁਹਾਨੂੰ ਤਕਰੀਬਨ 10 ਦਿਨ ਦੇ ਲਈ ਇਹਨਾਂ ਨੇ ਕੁਆਰੰਟਾਈਨ ਕੀਤਾ ਤੇ ਆਉਣ ਵਾਲੇ ਜਿਹੜੇ ਬੰਦੇ ਭਾਜੀ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕੋਈ ਸਲਾਹ ਦੇਣਾ ਚਾਹੋਗੇ ਜਿਹਨਾਂ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਹੋਰ ਫਲਾਈਟਾਂ ਜਿਹੜੀਆਂ ਇੰਡੀਆ ਤੋਂ ਆਉਣੀਆਂ ਹਾਂ ਹਾਂਜੀ ਉਹ ਜਿੱਦਾਂ ਆਪਣਾ ਥੋੜਾ ਆਪਣਾ ਜੇ ਤਾਂ ਕੋਈ ਫੈਮਿਲੀ ਮੈਂਬਰ ਆ ਰਿਹਾ ਜਾਂ ਆਪਣੇ ਬੱਚੇ ਨਾਲ ਥੋੜਾ ਆਪਣਾ ਸਮਾਨ ਜ਼ਰੂਰ ਲੈ ਕੇ ਆਉਣ ਟੂਥਬ੍ਰਸ਼ ਪੇਸਟ ਵਗੈਰਾ ਜਾਂ ਹੋਰ ਬੱਚਿਆਂ ਦੇ ਕੱਪੜੇ ਵਗੈਰਾ ਤੇ ਆਪਣਾ ਯਾਨੀ ਕਿ ਜੋ ਥੋੜਾ ਵਰਤੋਂ ਵਾਲਾ ਸਮਾਨ ਜ਼ਰੂਰ ਲੈ ਕੇ ਜਾਣਾ ਕਿਉਂਕਿ ਹੋਟਲ ਵਿੱਚ ਤਾਂ ਇਹਨਾਂ ਦਾ ਕਮਰਾ ਹੀ ਆ ਬਾਕੀ ਨਹੀਂ ਆਪਣਾ ਖਾਂਦ ਪੀਣੂ ਦੇਣਾ ਸਮਾਨ ਵਾੜਾ ਮੋਟਾ ਉਹ ਵੀ ਜਿਹੜਾ ਦਿੱਤਾ ਉਹ ਠੀਕ ਹੈ ਜਾਨੀ ਫਿਲਹਾਲ ਇਹਨਾਂ ਦੀ ਪਹਿਲੀ ਫਲਾਈਟ ਨੂੰ ਲੈ ਕੇ ਇੰਨੀ ਤਿਆਰੀ ਨਹੀਂ ਹੈ ਜਿੱਦਾਂ ਅਸੀਂ ਜਿਹਨੂੰ ਹੈਗੀ ਕਿ ਕਿਉਂਕਿ ਕੱਲ ਤੇ ਜਿੱਦਾਂ ਹੁਣ ਅਸੀਂ ਆਏ ਆ ਸਾਨੂੰ ਹੱਲੇ ਤੱਕ ਵੀ ਕੋਈ ਕਲੱਸੀਓ ਨੇ ਨਹੀਂ ਦਿੱਤੀ ਹੈਗੀ ਫੋਨ ਵੀ ਅਸੀਂ ਕਰਦੇ ਆ ਸਾਨੂੰ ਨੰਬਰ ਦਿੱਤਾ ਸੀਗਾ ਵੀ ਇਸ ਤੇ ਫੋਨ ਕਰਕੇ ਤੁਸੀਂ ਕੋਈ ਪ੍ਰੋਬਲਮ ਹੋਵੇ ਤਾਂ ਸਾਨੂੰ ਦੱਸਿਓ ਜਾਂ ਮੰਗਵਾਉਣਾ ਜਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਪੈਂਦੀ ਆ ਪਰ ਉਹ ਬਿਜ਼ੀ ਆ ਜਾਂਦਾ ਚੱਕ ਨਹੀਂ ਹੈਗੇ ਅੱਛਾ ਜੀ ਹੁਣ ਅਨਾਉਂਸਮੈਂਟ ਹੋਈ ਆ ਇੱਕ ਮਿੰਟ ਪਹਿਲਾਂ ਵੀ ਸਾਨੂੰ ਪਾਸਪੋਰਟ ਪ੍ਰੋਵਾਈਡ ਕਰਾਉਣੀ ਆ ਤੇ ਹੱਲੇ ਤੱਕ ਕੋਈ ਨਹੀਂ ਆਇਆ ਮਤਲਬ ਨਾਲ ਫੈਮਲੀਆਂ ਅਸੀਂ ਮੈਂ ਵੀ ਫੈਮਲੀ ਨਾਲ ਆ ਮੇਰੇ ਬੱਚਾ ਆ ਯਾਨੀ ਕੋਈ ਸਵਾਲ ਨਹੀਂ ਦਿੱਤਾ ਹੈਗਾ ਸਿਰਫ ਇੱਕ ਪਾਣੀ ਦੀ ਬੋਤਲ ਮੰਗਵਾਈ ਸੀਗੀ ਉਹ ਲਫਾਫਾ ਦੇ ਕੇ ਗਏ ਸਾਨੂੰ ਹੋਰ ਕਿਸੇ ਨੂੰ ਕੋਈ ਨਹੀਂ ਕੁਝ ਦੇ ਕੇ ਗਏ ਹੈ ਕਿ ਕੱਲ ਦਾ ਠੀਕ ਹੈ ਭਾਜੀ ਇੱਕ ਹੋਰ ਤੁਹਾਨੂੰ ਮੈਂ ਇਨਫੋਰਮੇਸ਼ਨ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਜੇ ਤੁਹਾਡੇ ਕੋਲ ਇਹਦੇ ਲਈ ਹੈਗਾ ਫਿਰ ਇਟਲੀ ਦੇ ਵਿੱਚ 25 ਤਰੀਕ ਨੂੰ ਇਹਨਾਂ ਨੇ ਅਨਾਉਂਸ ਕੀਤਾ ਹੈ ਕਿ ਇੰਡੀਆ ਤੋਂ ਜਿਹੜੀਆਂ ਫਲਾਈਟਾਂ ਬੰਦ ਕਰਤੀਆਂ ਇੰਡੀਆ ਤੋਂ ਤੇ ਜਿਨ੍ਹਾਂ ਕੋ ਸਜੋਰ ਨੂੰ ਆਇਆ ਉਹੀ ਵਾਪਸ ਆਉਗੇ ਜਾਂ ਫਿਰ ਪਾਸਪੋਰਟ ਇਹ ਤੁਹਾਨੂੰ ਇਹਨਾਂ ਨੇ ਉਦਾਂ ਕੋਈ ਚੈਕਿੰਗ ਕੀਤੀ 에어ਪੋਰਟ ਤੇ ਕਿ ਨਵੇਂ ਕਾਨੂੰਨ ਦੇ ਹਿਸਾਬ ਦੇ ਨਾਲ ਇਦਾਂ ਕੁਝ ਕੋਈ ਨਵੀਂ ਫੈਮਿਲੀ ਆਈ ਹੈ ਜਿਹਦਾ ਕੋਈ ਤੁਹਾਨੂੰ ਹਾਂਜੀ ਹਾਂਜੀ ਆਈ ਹੈ ਇੱਕ ਮੇਰੇ ਨਾਲ ਹੀ ਸੀਗੇ ਮੇਰੇ ਤੋਂ ਉਹਨਾਂ ਦੀ ਜਿੱਦਾਂ ਮੈਂ ਹੀ ਟਰਾਂਸਫਰ ਕੀਤੀ ਸੀਗੀ ਹਾਂਜੀ ਉਹਨਾਂ ਕੋਲ ਜਿੱਦਾਂ ਫੈਮਿਲੀ ਵੀ ਜੈ ਸੀਗਾ ਉਹਨਾਂ ਨੂੰ ਐਂਟਰ ਹੋਣ ਦਿੱਤਾ ਆ ਉਹਨਾਂ ਕੋ ਸੰਜੋਨ ਹੋਣੀ ਸੀ ਫਸਟ ਐਂਟਰੀ ਸੀਗੀ ਫੈਮਿਲੀ ਵੀ ਜੈ ਸੀਗਾ ਉਹਨਾਂ ਕੋ ਠੀਕ ਆ ਜੀ ਕਿਉਂਕਿ ਭਾਜੀ ਇਹ ਸਵਾਲ ਹੈ ਇਹ ਤਾਂ ਕੋਈ ਕਿਸੇ ਵੀ ਪਾਸੇ ਸਾਡੇ ਕੋਲ ਜਵਾਬ ਨਹੀਂ ਹੈਗਾ ਕਿਉਂਕਿ ਸਰਕਾਰ ਨੇ ਕਿਹਾ ਟੂਰਿਸਟ ਤੇ ਬਿਜ਼ਨਸ ਬੰਦਾ ਪਰ ਫੈਮਿਲੀ ਵੀਜ਼ੇ ਦੇ ਉੱਤੇ ਕੋਈ ਅਪਡੇਟ ਨਹੀਂ ਸੀ ਤੇ ਇਹਦਾ ਫੈਮਿਲੀ ਵਾਲਾ ਸੀਗਾ ਉਹ ਮੇਰੇ ਨਾਲ ਜਿੱਦਾਂ ਇੱਕਾਈ ਸੀਗੀ ਮੈਸੇਜ ਉਹ ਕੋਈ ਨਹੀਂ ਪਤਾ ਸੀਗਾ ਨਾ ਉਹਨੂੰ ਮੈਂ ਹੀ ਟ੍ਰਾਂਸਲੇਟ ਕਰਕੇ ਦੱਸਿਆ ਵੀ ਇਹਨਾਂ ਕੋਲ ਵੀਜ਼ਾ ਹੈ ਵੀ ਸੰਜੋੜ ਨੂੰ ਨਹੀਂ ਹੈਗੀ ਉਹ ਫੇਰ ਉਹ ਨਹੀਂ ਠੀਕ ਕੀਤਾ ਜੀ ਠੀਕ ਆ ਜੀ ਠੀਕ ਆ ਯਾਨੀ ਕਹਿਣ ਦਾ ਮਤਲਬ ਹੈ ਫੈਮਿਲੀ ਵੀਜ਼ੇ ਵਾਲੇ ਵੀ ਆ ਸਕਦੇ ਉਹਨਾਂ ਨੂੰ ਰੋਕਿਆ ਨਹੀਂ ਹੈਗਾ ਹਾਂ ਜੀ ਨਹੀਂ ਉਹਨਾਂ ਨੂੰ ਨਹੀਂ ਰੋਕੇਗਾ ਨਹੀਂ ਚਲੋ ਠੀਕ ਆ ਪਾਤੇ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਹੈਰੀ ਭਾਜੀ ਤੁਸੀਂ ਸਾਨੂੰ ਇੰਨਾ ਟਾਈਮ ਕੱਢ ਕੇ ਸਾਨੂੰ ਦੱਸਿਆ ਤੇ ਤੁਹਾਨੂੰ ਬਾਅਦ ਵਿੱਚ ਭਾਜੀ ਇੱਕ ਦੋ ਦਿਨਾਂ ਬਾਅਦ ਫਿਰ ਵੀ ਤੁਹਾਡੇ ਨਾਲ ਗੱਲ ਕਰਦੇ ਰਾਂਗੇ ਤਾਂ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦਿੰਦੇ ਰਹੋ ਜੇਕਰ ਕੋਈ ਨਵਾਂ ਅਪਡੇਟ ਮਿਲਦਾ ਜਾਂ ਕੋਈ ਵੀ ਗੱਲਬਾਤ ਹੋਵੇ ਤੇ ਇਹਦੇ ਨਾਲ ਇਦਾਂ ਵੀ ਸਾਡੇ ਵੀਰਾਂ ਨੂੰ ਜਿਹੜੇ ਇੰਡੀਆ ਤੋਂ ਆਣਾ ਉਹਨਾਂ ਨੂੰ ਵੀ ਪਤਾ ਲੱਗਦਾ ਰਹੂਗਾ ਕਿ ਹੋਣੋ ਕਿਸ ਹਿਸਾਬ ਦੇ ਨਾਲ ਇਟਲੀ ਦੇ ਵਿੱਚ ਥੋੜੀ ਜਿਹੀ ਸਖਤਾਈ ਨਹੀਂ ਸੀ ਕਹਿੰਦਾਂ ਇਟਲੀ ਦੇ ਵਿੱਚ 10 ਦਿਨ ਉਹਨਾਂ ਨੇ ਕੁਆਰੰਟਾਈਨ ਰਹਿਣਾ ਪੈਣਾ ਮੇ ਆਪਣੇ ਮਾਲਕਾਂ ਨੂੰ ਵੀ ਫਿਰ ਫੋਨ ਕਰ ਦੋਗੇ ਕਿਉਂਕਿ ਕਮਾਕਾਰਾਂ ਵਾਲੇ ਬੰਦਿਆਂ ਦਾ ਫਿਰ ਔਖਾ ਹੋ ਜਾਂਦਾ ਜੀ ਹਾਂਜੀ ਹਾਂਜੀ ਬਾਕੀ ਆਪਣੇ ਜਿੱਦਾਂ ਕਿਸੇ ਨੂੰ ਸਾਧ ਲੈਂਦੇ ਆ ਹੁਣ ਆਪਣੇ ਡਰਾਈਵਰ ਨੂੰ ਜਾ ਕੇ ਉਹਨਾਂ ਨੂੰ ਪਹਿਲਾਂ ਹੀ ਕਹਿ ਦੇਣ ਵੀ ਨਾਣ ਕਿਉਂਕਿ ਸਾਡੇ ਵੀ ਆਏ ਸੀ ਕਿ ਲੈਣ ਸਾਰੇ ਏਦਾਂ ਹੀ ਵਾਪਸ ਗਏ ਆ ਵਾਪਸ ਗਏ ਜੀ ਠੀਕ ਆ ਠੀਕ ਆ ਤੇ ਚਲੋ ਠੀਕ ਆ ਬਾਜੀ ਫਿਰ ਆਪਾਂ ਬਾਅਦ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਇਸਨ ਹੈ ਰੀਸ਼ੀ ਮਾਰਜੀ ਜੋ ਕਿ ਇੰਡੀਆ ਤੋਂ ਦਿੱਲੀ ਤੋਂ ਫਲਾਈਟ ਦੇ ਵਿੱਚ ਆਏ ਆ ਇਟਲੀ ਦੇ ਵਿੱਚ ਰੋਮਾ ਦੇ ਵਿੱਚ ਜਿਨ੍ਹਾਂ ਨੂੰ 10 ਦਿਨ ਦੇ ਲਈ ਕੁਆਰੰਟਾਈਨ ਕੀਤਾ ਗਿਆ ਤੇ ਅਸੀਂ ਮਿਲਾਂਗੇ ਜੀ ਅੱਜ ਸ਼ਾਮ ਦੀਆਂ ਖਬਰਾਂ ਦੇ ਵਿੱਚ ਹੁੰਦਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖੋ ਜੀ ਤੁਸੀਂ ਸੁਣ ਰਹੇ ਹੋ ਇਟਾਲੀਨ ਖਬਰਾਂ ਕੁਲਵੀਰ ਸਿੰਘ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ